ਅੱਜ ਇੱਕ ਗੱਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮਿੱਠ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਸੋ ਪੰਜਾਬ ਦੇ ਵਿੱਚ ਆਂਗਣਵਾੜੀ ਦੀਆਂ ਦੀਆਂ ਭਰਤੀਆਂ ਨੇ ਉਹ ਕਿ 4000 ਪਲੱਸ ਮਤਲਬ 5000 ਬਾਕਸ ਭਰਤੀਆਂ ਦੇ ਨੋਟੀਫਿਕੇਸ਼ਨ ਨੇ ਰਿਲੀਜ਼ ਕਰ ਦਿੱਤਾ ਗਿਆ ਜੀ ਕਿੱਦਾਂ ਇਹਦੇ ਲਈ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਔਰ ਕਾਫੀ ਟਾਈਮ ਤੋਂ ਕੈਂਡੀਡੇਟਸ ਜਿਹੜੇ ਨੇ ਇਹਨਾਂ ਲਈ ਕਹਨ ਕਮੈਂਟ ਵੀ ਕਰ ਰਹੇ ਸੀ ਆਂਗਣਵਾੜੀ ਦੀਆਂ ਭਰਤੀਆਂ ਨੈਕਸਟ ਕਦੋਂ ਆਣਗੀਆਂ ਕਿਉਂਕਿ ਇਹਦੇ ਵਿੱਚ ਹਰ ਕੁਆਲੀਫਿਕੇਸ਼ਨ ਵਾਲੇ ਕੈਂਡੀਡੇਟ ਐਲੀਜੀਬਲ ਹੁੰਦੇ ਨੇ ਤਾਂ ਕਮੈਂਟਸ ਕਾਫੀ ਆਉਂਦੇ ਸੀਗੇ ਸੋ ਉਹ ਦੇ ਰਿਲੇਟਡ ਜਿਹੜੀ ਭਰਤੀ ਪ੍ਰਕਿਰਿਆ ਜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਕਿਹੜੇ-ਕਿਹੜੇ ਵੈਕੈਂਸੀਜ਼ ਹੋਣ ਆਪਰਤੀਆਂ ਕੌਣ ਕਿਹੜੀਆਂ ਕਿੰਨੀਆਂ-ਕਿੰਨੀਆਂ ਆਣਗੀਆਂ ਉਹ ਸਾਰੀ ਇਨਫੋਰਮੇਸ਼ਨ ਮੈਂ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਦੇਣ ਜਾ ਰਿਹਾ ਹਾਂ ਵੀਦ ਅਫੀਸ਼ੀਅਲ ਨੋਟੀਫਿਕੇਸ਼ਨ ਸੋ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਜੀ ਫਰਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰੀ ਤਾਂ ਹੋਰ ਕਈ ਵੈਕੈਂਸੀ ਜਿਹੜੀਆਂ ਨੇ ਜੀ ਉਹ ਪੰਜਾਬ ਦੇ ਕੈਂਡੀਡੇਟ ਦੇ ਲਈ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ पर सा वैबसाइट जो कि मीत अकेडमी डॉट एक्स वाई जैड है उन्होंने सबसक्राइब कर लैंना उसपली करना है जी तुम्हें गूगल जाके टाइप करने जी मीत अकेडमी डॉट एक्स वाई जैड और फर्स्ट नंबर पर तो तुम्हारी वैबसाइट जी ਉਹ ਮਿਲ ਜਾਵੇਗੀ ਉਥੋਂ ਤੁਸੀਂ ਸਾਰੇ ਜੌਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਵੀ ਕਰ ਸਕਦੇ ਹੋ ਤੇ ਨਾਲ ਦੀ ਨਾਲ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਤੁਸੀਂ ਡਾਊਨਲੋਡ ਕਰਕੇ ਆਪਣੀ ਜਿਹੜੀ ਤਿਆਰੀ ਹੈ ਉਹ ਪੱਕੀ ਕਰ ਸਕਦੇ ਹੋ ਤੇ ਮੈਂ ਇਸੇ ਤਰ੍ਹਾਂ ਤੁਹਾਡੇ ਲਈ ਸਾਰੇ ਅਪਡੇਟ ਲੈ ਕੇ ਆਂਦਾ ਹੀ ਰਵਾਂਗਾ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਕਿ ਕੀ ਕੀ ਭਰਤੀਆਂ ਦੇ ਰਿਲੇਟਡ ਅਪਡੇਟ ਜਿਹੜਾ 4996 ਪੋਸਟਾਂ ਤੋਂ ਵੱਧ ਪੋਸਟਾਂ ਦੀ ਰਿਲੀਜ਼ ਜਿਹੜਾ ਹੈ ਜੀ ਭਰਤੀ ਪ੍ਰਕਿਰਿਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਆਪਾਂ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਆ ਸੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਕੈਬਨਿਟ ਮਨਿਸਟਰ ਨੇ ਬਲਜੀਤ ਕੌਰ ਉਹਨਾਂ ਨੇ ਕਿਹਾ ਕਿ 5000 ਆਂਗਣਵਾੜੀ ਵਰਕਰ ਜਿਹੜੇ ਨੇ ਉਹਨਾਂ ਨੂੰ ਰਿਕਰੂਟ ਕੀਤਾ ਜਾਏਗਾ ਜੋ ਕਿ ਕਾਫੀ ਟਾਈਮ ਤੋਂ ਪੈਂਡਿੰਗ ਚੱਲਦੇ ਆ ਰਹੇ ਨੇ ਉਹਨਾਂ ਨੇ ਇੱਕ ਮੀਟਿੰਗ ਦੇ ਦੌਰਾਨ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਅਨਾਉਂਸਮੈਂਟ ਕਰਦੇ ਹੋਏ ਕਿਹਾ ਸੋ ਇਸ ਅਨਾਉਂਸਮੈਂਟ ਨੂੰ ਜਿਹੜਾ ਜੀ ਤੁਸੀਂ ਅਲੱਗ-ਅਲੱਗ ਸੋਸ਼ਲ ਮੀਡੀਆ ਹੈਂਡਲਸ অর ਨਿਊਜ਼ ਚੈਨਲ ਦੇ ਉੱਪਰ ਜਾ ਕੇ ਵੀ ਚੈੱਕ ਕਰ ਸਕਦੇ ਹੋ ਸੋ ਇਸ ਦੇ ਵਿੱਚ ਇਹ ਅਨਾਉਂਸਮੈਂਟ ਜਿਹੜੀ ਹੈ ਜੀ ਉਹਨਾਂ ਨੇ ਮਲੋੜ ਦੇ ਵਿੱਚ ਕੀਤੀ ਹੈ ਸੋ ਉਹਨਾਂ ਨੇ ਇਹ ਵੀ ਕਿਹਾ ਕਿ ਸੋਸ਼ਲ ਵਰਕਰ ਜਿਹੜੇ ਨੇ ਮਲ ਉਸੀ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਹੋਰ ਵੀ ਗ੍ਰੀਨਰੀ ਜ਼ਿਆਦਾ ਵਾਧਾਨ ਜਾਂ ਫਿਰ ਵਧੀਆ ਤਰੀਕੇ ਨਾਲ ਸੁਜਾਰੂ ਢੰਗ ਨਾਲ ਜਿਹੜੇ ਜੀ ਚਲਾਉਣ ਦੇ ਲਈ 5000 ਜਿਹੜੇ ਨੇ ਉਹ ਆਂਗਣਵਾੜੀ ਵਰਕਰ ਜਿਹੜੇ ਨੇ ਉਹ ਜਲਦੀ ਤੋਂ ਜਲਦੀ ਹਾਇਰ ਕਰਨ ਦਾ ਪ੍ਰੋਸੈਸ ਜਿਹੜੇ ਜੀ ਉਹ ਸ਼ੁਰੂ ਕੀਤਾ ਜਾਏਗਾ ਸੋ ਇਹਦੇ ਰਿਲੇਟਿਡ 5000 ਅਗਰ ਵੈਕੈਂਸੀਸ ਪੰਜਾਬ ਦੇ ਵਿੱਚ ਆਊਟ ਹੋਣਗੀਆਂ ਸੋ ਕਾਫੀ ਸਾਰੇ ਕੈਂਡੀਡੇਟ ਨੇ ਜਿਹੜੇ ਕਿ ਐਲੀਜੀਬਲ ਹੋਣਗੇ ਜਿੱਦਾਂ ਕਿ ਆਂਗਣਵਾੜੀ ਵਰਕਰ ਅੰਗਰਮਿਨੀ ਆਂਗਣਵਾੜੀ ਵਰਕਰਸ ਹੁੰਦੇ ਨੇ ਠੀਕ ਹੈ ਜੀ ਇਹਦੇ ਸਹਾਇਕ ਦੀਆਂ ਵੈਕੈਂਸੀਸ ਵੀ ਹੁੰਦੀਆਂ ਨੇ ਸੋ ਤੁਸੀਂ ਇਹਦੇ ਲਈ ਜਿਹੜੇ ਇਦੇ ਲਈ एलिਜੀਬਲ ਹੁੰਦੇ ਨੇ ਤੇ ਅਪਲਾਈ ਕਰ ਸਕਦੇ ਨੇ ਇਹਦੇ ਲਈ ਆਫਲਾਈਨ ਐਪਲੀਕੇਸ਼ਨਸ ਵੀ ਹੁੰਦੀਆਂ ਨੇ ਤੇ ਆਨਲਾਈਨ ਵੀ ਹੁੰਦੀਆਂ ਨੇ ਅਲੱਗ-ਅਲੱਗ ਪੋਸਟਾਂ ਦੇ ਵਾਈਸ ਸੋ ਤੁਸੀਂ ਇਹਦੇ ਲਈ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਪੱਕੀ ਰੱਖਣੀ ਹੈ ਮੈਂ ਜਦੋਂ ਵੀ ਅਪਡੇਟ ਆਏਗਾ ਪ੍ਰੋਪਰ ਨੋਟੀਫਿਕੇਸ਼ਨ ਮੈਂ ਤੁਹਾਡੇ ਲਈ ਏਸੇ ਤਰ੍ਹਾਂ ਅਪਡੇਟ ਦਿੰਦਾ ਹੀ ਰਵਾਂਗਾ ਬਾਕੀ ਤੁਸੀਂ ਇਹ ਨੋਟੀਫਿਕੇਸ਼ਨ ਨੂੰ ਨਿਊਜ਼ 18 ਦੀ ਵੈਬਸਾਈਟ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਜਿਹਦੇ ਵਿੱਚ ਉਹਨਾਂ ਨੇ ਪੂਰੀ ਡਿਟੇਲਸ ਵੀ ਇਹ ਇਨਫੋਰਮੇਸ਼ਨ ਦਿੱਤੀ ਹੋਈ ਹੈ ਜੀ ਬਾਕੀ ਤੁਸੀਂ ਨਿਊਜ਼ਪੇਪਰਾਂ ਦੇ ਵਿੱਚ ਵੀ ਜਾ ਕੇ ਚੈੱਕ ਕਰ ਸਕਦੇ ਹੋ ਉੱਥੇ ਵੀ ਤੁਹਾਨੂੰ ਇਹ ਅਪਡੇਟ ਜਿਹੜਾ ਜੀ ਮਿਲ ਜਾਵੇਗਾ ਸੋ ਇਹ ਸੀਗਾ ਜੀ ਅੱਜ ਦਾ ਅਪਡੇਟ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ